हेलो, मेरा नाम चौधरी रजिंदर निजर हैगा ते मैं पंडोरी निजरां दा जट हैगा। मैं अपनी पछाण दसण लई फिर ब्रह्म का बेटा बनदा। ब्रह्म के बेटे शब्द पछाता ते फिर शब्द दी जिहड़ी हैगी व्याख्या मैं कर सकदा हैगा। ये मैनूं अपने कच्चे प्यो दा नहीं पता ते पार ब्रह्म पक्के दा किवें पता लगेगा। इस करके पहला अपने कच्चे प्यो दे बनो, फिर पक्के प्यो दी सुरत आएगी ते नहीं तां तुसीं धक्के खाए हुए। बाणी जिहड़ी अपनी हैगी बड़ी उत्तम हैगी ते सतगुरु नानक देव जी सैकंड कमिंग ऑफ जीसस हैगे ने। ते इत्थे मैं कर रहा हैगा अपने सतगुरु अंगद देव सतगुरु अर्जन देव जी दे श्लोक। ओह समझण लई आ ट्रिनिटी जिहड़ी हैगी इह समझ जरूरी हैगी। ते इह दो हैगे मैं वर्शन बनाए, इक हैगा सिंपलीफाइड ਜਿਹੜਾ ਹੈਗਾ ਸਤਿਗੁਰੂ ਅੰਗਦ ਦੇਵ ਜੀ ਸਾਰੇ ਦੱਸੇ ਨੇ, ਤੇ ਇੱਕ ਹੈਗਾ ਜਿਹੜਾ ਜ਼ਿਆਦਾ ਡਿਟੇਲ ਵਿੱਚ ਜਾਂਦਾ ਹੈਗਾ। ਇਹ ਜਿਹੜੀ ਮਿਲ ਜਾਏਗੀ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ ਹੈਗੀ ਉਹ ਆਹ ਜਿਹੜੀ ਹੈਗੀ। ਤੇ ਆਹ ਸਤਿਗੁਰੂ ਇਹਦੇ ਨਾਲ ਚੰਗਾ ਰਹੇਗਾ। ਤੇ ਪਹਿਲਾਂ ਤਾਂ ਉਹਨਾਂ ਦੀ ਤੁਸੀਂ ਫੰਕਸ਼ਨ ਸਮਝੋ ਨਾ, ਸਤਿਗੁਰੂ ਅਰਜਨ ਦੇਵ ਜੀ ਕਿਸ ਪਦਵੀ ਦੇ ਸਿੱਖ ਸਨ ਤੇ ਉਹ ਉਹਨਾਂ ਦਾ ਕੰਮ ਕੀ ਸੀਗਾ ਉਹ ਸਮਝਣ ਲਈ ਇਹ ਹੈਗੀ ਟ੍ਰਿਨਿਟੀ। ਤੇ ਇੱਥੇ ਹੈਗੇ ਨੇ ਲੋਕ ਜਿਹੜੇ ਕਿ ਇੱਥੇ ਹੈਗੇ ਲੋਕ ਜਿਹਨਾਂ ਕੋਲ ਸ਼ਰਮ ਹੈਗੀ ਆਪਣੇ ਪਿਓਾਂ ਦੇ, ਕੋਈ ਜੱਟ ਹੋਇਆ, ਕੋਈ ਚੂੜਾ ਹੋਇਆ, ਚਮਾਰ ਹੋਇਆ, ਤਰਖਾਣ, ਲੁਹਾਰ, ਇਹ ਜਦੋਂ ਜਨਮ ਦਿੰਦਾ ਪਰਮਾਤਮਾ ਦਿੰਦਾ ਹੈਗਾ, ਰੂਹ ਜਿਹੜੀ ਹੈਗੀ ਉਹ ਕਾਊਂਟ ਕਰਦੀ ਹੈਗੀ, ਜਿਸਮ ਨਹੀਂ ਕਾਊਂਟ ਕਰਦਾ। ਤੇ ਇਹ ਫਿਰ ਸਤਿਗੁਰੂ ਅੰਗਦ ਦੇਵ ਜੀ ਦੇ ਕੋਲ ਆਏ, ਉਹਨਾਂ ਨੇ ਉਹਨਾਂ ਦੀ ਹੋਮੇ ਪੰਡੀ, ਹੋਮੇ ਜਿਹੜੀ ਹੈਗੀ ਪਰਦਾ ਹੈਗਾ ਅਕਾਲ ਪੁਰਖ ਤੇ ਆਦਮੀ ਦੇ ਵਿਚਕਾਰ, ਉਹਨਾਂ ਨੇ ਪਰਦਾ ਪਾੜਿਆ। ਉਹਨਾਂ ਕਿਹਾ ਆਪਣੀ ਜਾਤੀ ਦੇ ਪਿਓ ਨਾ ਉਹ ਸਮਝੋ ਉਹ ਕੱਚਾ ਪਿਓ ਹੈਗਾ, ਪੱਕਾ ਪਿਓ ਜਿਹੜਾ ਹੈਗਾ ਪਾਰ ਬ੍ਰਹਮ ਹੈਗਾ, ਉਹਦੇ ਤੁਸੀਂ ਪੂਜਾ ਕਰੋ, ਉਹਨੂੰ ਉਹਦੀ ਪਛਾਣ ਕਰੋ। ਤੇ ਉਹਦੇ ਚ ਆਪਾਂ ਇੱਕ ਪਿਤਾ ਹਮ ਬਾਰੇ ਕੁਛ ਸਾਰੇ ਹੈਗੇ ਇੱਕੋ ਹੀ ਪਿਤਾ ਦੇ ਬਾਰੇ ਹੈਗੇ ਆ। ਤੇ ਉਹਦੇ ਜਿਹੜੀ ਲਵ ਹੈਗੀ ਉਹਨੂੰ ਕਹਿੰਦੇ ਅਗੇਪੇ ਅਗੇਪ, ਇਹਦੇ ਚ ਟ੍ਰਾਈਬਲ ਲਵ ਹੁੰਦੀ ਐਰੋ ਆਪਣੇ ਘਰਦਿਆਂ ਦੀ, ਤੇ ਇਹ ਹੈਗੀ ਅਗੇਪੇ ਅਨਕੰਡੀਸ਼ਨ ਲਵ ਵਰਲਡ ਵਾਈਡ, ਉਹਦਾ ਤੁਸੀਂ ਭਾਈ ਬਣੋ। ਤਦੇ ਸਿੱਖ ਦਾ ਨਾ ਕੋਈ ਬੈਰੀ ਹੁੰਦਾ ਨਾ ਬਗਾਨਾ ਹੁੰਦਾ। ਤੇ ਫਿਰ ਸਤਿਗੁਰੂ ਅਮਰਦੇਵ ਜੀ ਦੇ ਹੱਥ ਪੜਾਏ, ਉਹਨਾਂ ਨੇ ਫਿਰ ਉਹਨਾਂ ਨੂੰ ਉਹਨਾਂ ਦੀ ਦੁਬਧਾ ਪੰਨੀ ਵੀ ਹੁਣ ਸੁਰਤੀ ਆ ਗਈ, ਹੁਣ ਮਾਇਆ ਵੱਲ ਨੂੰ ਜਾਓ, ਹੁਣ ਅਕਾਲ ਪੁਰਖ ਦੀ ਮਾਇਆ ਲੁੱਟੋ। ਤੇ ਉਹਨਾਂ ਨੇ ਫਿਰ ਸਿੱਖ ਜਿਹੜੇ ਸੀਗੇ ਦੁਬਧਾ ਤੋਂ ਰਹਿਤ ਸੀਗੇ, ਉਹ ਫਿਰ ਬਣ ਗਏ ਗੁਰਮੁਖ। ਗੁਰਮੁਖ ਦੋ ਅਰਫ ਹੈਗੇ ਨਾ, ਗੁਰ ਤੇ ਮੁਖ। ਗੁਰ ਹੁੰਦਾ ਢੰਗ, ਆ ਕਹਿੰਦਾ ਸਵਾਲ ਕੱਢਣਾ ਤਾਂ ਢੰਗ ਕੀ ਹੈਗਾ, ਢੰਗ ਆ ਜਾਏ ਤਾਂ ਸਵਾਲ ਨਿਕਲੇ ਆਉਂਦਾ। ਗੁਰ ਹੈਗਾ ਲੋਜੀਕਲ ਰੀਜਨਿੰਗ, ਲੋਜੀਕਲ ਰੀਜਨਿੰਗ ਦੀ ਐਂਡ ਪ੍ਰੋਡਕਟ ਜਿਹੜੀ ਹੁੰਦੀ ਨਾ ਉਹ ਹੈਗੀ ਲੋਗੋ, ਲੋਗੋ ਹੈਗਾ ਉਹਦਾ ਨਾਮ। ਤੇ ਇਸ ਕਰਕੇ ਗੁਰਮੁਖ ਉਹ ਆਲਪਤਾਲ ਨਹੀਂ ਬੋਲਦੇ, ਉਹ ਸੋਚ ਕੇ ਬੋਲਦੇ ਨੇ। ਗਿਆਨੀ ਉਹ ਜੋ ਆਪ ਵਿਚਾਰੇ, ਇਹ ਗਿਆਨੀ ਹੈਗੇ ਨੇ। ਹਿੰਦੂ ਅੰਨਾ ਤੁਰਕੂ ਕਾਣਾ, ਗਿਆਨੀ ਦੋਹਾਂ ਤੇ ਸਿਆਣਾ। ਹਿੰਦੂ ਹੋਮੇ ਚ ਹੁੰਦਾ ਨਾ, ਇਹ ਹੋਮੇ ਪੰਨੀ ਨਾ ਸਤਿਗੁਰੂ ਅੰਗਦ ਦੇਵ ਜੀ ਨੇ, ਤਦੇ ਨਾਲ ਸਿੱਖੀ ਦਾ ਧੁਰਾ ਕਹਿੰਦੇ ਨਾ। ਉੱਥੇ 5 ਸਾਲ ਲਈ ਮੀਂਹ ਫੜਿਆ ਉਹਨਾਂ ਦੇ ਖਡੂਰ, ਲੋਕੀ ਤੜਪਦੇ ਸੀਗੇ, ਉਹ ਤਪੇ ਮੋਹਰੇ ਜਾਂਦੇ ਸੀ, ਕਿਸੇ ਆਦਮੀ ਮੋਹਿਆ ਹੋਰਾਂ ਮੋਹਰੇ ਜਾਂਦੇ ਸੀ, ਕਹਿੰਦੇ ਆਦਮੀ ਉਦਮੀਆਂ ਤੋਂ ਨਹੀਂ ਮਿਲਣਾ, ਇਹ ਅਕਾਲ ਪੁਰਖ ਦੇ ਰਾਤਾਂ ਮਿਲਦੀਆਂ ਸਾਰੀਆਂ। ਉਹਦੇ ਨੂੰ ਮੂੰਹ ਕੀਤਾ ਅਕਾਲ ਪੁਰਖ ਨੂੰ, ਤੇ ਫਿਰ ਸਤਿਗੁਰੂ ਅਮਰਦੇਵ ਜੀ ਨੇ ਉਹਨਾਂ ਨੂੰ ਭਰਪੂਰ ਕੀਤਾ ਬਾਣੀ ਨਾਲ, ਉਹਨੇ ਦੁਬਧਾ ਪੰਨੀ ਬਾਲੜੀਆਂ ਦੀਆਂ। ਤੇ ਇਹ ਫਿਰ ਸਤਿਗੁਰੂ ਗੁਰਮੁਖ ਹੈਗੇ ਨੇ, ਇਹਨਾਂ ਨੇ ਫਿਰ ਉਹਦੇ ਗੀਤ ਗਾਏ। ਸੋਚਿਆ ਸੋਚਣਾ ਹੋਈ ਜੇ ਸੋਚੀ ਲਕਵਾਰ, ਚੁੱਪਿਆ ਚੁੱਪਣਾ ਹੋਈ ਜੇ ਲਹਿਰਾਂ ਲਵਤਾਰ, ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾਂ ਪੂਰੀਆਂ ਪਾਰ, ਇਹਨਾਂ ਨੂੰ ਭੁੱਖ ਨਾਮ ਦੀ ਹੈਗੀ। ਤੇ ਫਿਰ ਜੇ ਅਕਾਲ ਪੁਰਖ ਦੀ ਮਿਹਰ ਹੋਵੇ ਤਾਂ ਚੱਕ ਕੇ ਇੱਥੋਂ ਤੇ ਆਪਣੇ ਗਲੇ ਨਾਲ ਲਾ ਲੈਂਦਾ, ਯਾਨੀ ਤੁਸੀਂ ਉਹਦੇ ਸਪੋਕਸਮੈਨ ਬਣ ਜਾਂਦੇ। ਇਹ ਹੈਗੇ ਸਤਿਗੁਰੂ ਅਰਜਨ ਦੇਵ ਜੀ।
ਰਾਮਦਾਸ ਜੀ, ਅਰਜਨ ਦੇਵ ਜੀ, ਅਤੇ ਛੇਵਾਂ ਸਤਿਗੁਰੂ ਸੀਗਾ ਤੇਗ ਬਹਾਦਰ, ਉਹ ਸੀਗਾ ਸਿੱਖੀ ਦਾ ਸਿੱਪਾ ਸਲਾਰ, ਕਮਾਂਡਰ ਇਨ ਚੀਫ। ਉਹਦੇ ਜਿਹੜੇ ਫੌਜੀ ਸੀਗੇ ਸਿੱਖ, ਉਹਨਾਂ ਨੇ ਉਹ ਤੱਤੇ ਉਹਨਾਂ ਨੂੰ ਉਹਨਾਂ ਨੇ ਕੀਤਾ, ਪਾਣੀ 'ਚ ਉਬਾਲਿਆ, ਸਭ ਕੁਛ ਕੀਤਾ, ਰੂਹ ਨਾਲ ਸਾੜਿਆ, ਉਹਨਾਂ ਨੇ ਸੀ ਨਹੀਂ ਕੀਤੀ, ਖੁਸ਼ੀ ਖੁਸ਼ੀ ਨਾਲ ਉਹਨਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ। ਅਤੇ ਇਹ ਹੈਗੇ ਸਤਿਗੁਰੂ ਅਰਜਨ ਦੇਵ ਜੀ, ਇਹ ਚਿੱਤ ਬਿਰਤੀ ਦੇ ਸਿੱਖ ਸਨ, ਹੋਮੇ ਮਨ ਬੁੱਧੀ ਅਤੇ ਚਿੱਤ ਬਿਰਤੀ। ਚਿੱਤ ਬਿਰਤੀ ਦਾ ਸਿੱਖ ਹੋਏ ਉਹ ਅਕਾਲ ਪੁਰਖ ਨਾਲ ਇੱਕਮਿਕ ਹੁੰਦਾ ਹੈਗਾ, ਜਿੱਦਾਂ ਭਗਤ ਕਬੀਰ ਜੀ ਸੀਗੇ, ਕਹਿੰਦੇ ਰਾਮ ਅਤੇ ਮੇਰੇ 'ਚ ਕੋਈ ਫਰਕ ਨਹੀਂ ਹੈਗਾ। ਅਤੇ ਇੱਥੇ ਹੁਣ ਉਹ ਸਲੋਕ ਕਰ ਰਹੇ ਨੇ ਆਪਣੇ ਸਤਿਗੁਰੂ ਅਰਜਨ ਦੇਵ ਜੀ, ਕਹਿੰਦੇ ਨੇ ਸੂਹੀ ਮਹੱਲਾ ਪੰਜਵਾਂ, ਅਨੇਕ ਅਨੇਕ ਬੀਂਗ ਦਾਸ ਕੇ ਪਰ ਹਾਰੀਏ, ਬੀਂਗ ਹੈਗੇ ਵੀ ਸਾਡੀਆਂ ਕਮਜ਼ੋਰੀਆਂ, ਅਤੇ ਇਹ ਉਹਨਾਂ ਨੇ ਜਿਹੜੇ ਅਕਾਲ ਪੁਰਖ ਹੈਗਾ ਉਹਦੇ 'ਚ ਸਾਰੀਆਂ ਪੋਜ਼ੀਟਿਵ ਕੁਆਲਿਟੀ ਹੈਗੀਆਂ, ਯਾਨੀ ਉਹਦੇ 'ਚ ਨੈਗੇਟਿਵ ਕੋਈ ਨਹੀਂ ਹੈਗੀ, ਹਰ ਇੱਕ ਉਹਦੀ ਸਿਫਤ ਜਿਹੜੀ ਸੁਣਾਉਣ ਵਾਲੀ ਹੈਗੀ, ਨਿੰਦਣ ਵਾਲਾ ਕੋਈ ਨਹੀਂ ਹੈਗਾ ਉਹਦੇ 'ਚ ਕੰਮ। ਅਤੇ ਕਹਿੰਦੇ ਵੀ ਤੂੰ ਇੰਨਾ ਮਿਹਰਬਾਨ ਹੈਗਾ ਕਿ ਸਾਡੀਆਂ ਇੰਨੀਆਂ ਸਾਡੀਆਂ ਅਸੀਂ ਗਲਤੀਆਂ ਕੀਤੀਆਂ ਅਤੇ ਉਹਨਾਂ ਨੂੰ ਪਰੇ ਕਰ ਦਿੱਤਾ, ਪਰ ਹਾਰਿਆ, ਉਹਨੂੰ ਪਰੇ ਕਰਕੇ ਮਾਰਿਆ ਅਤੇ ਸਾਨੂੰ ਆਪਣੇ ਗਲੇ ਨਾਲ ਲਾ ਲਿਆ। ਕਰ ਕਿਰਪਾ ਪ੍ਰਭ ਆਪਣਾ ਕਰੀਆ, ਕਿਰਪਾ ਕਰਕੇ ਮਿਹਰ ਨਾਲ, ਉਹਦੀ ਗ੍ਰੇਸ ਨਾਲ, ਉਹਦੀ ਨਜ਼ਰ ਨਾਲ ਉਹਨੇ ਸਾਨੂੰ ਆਪਣਾ ਬਣਾ ਲਿਆ, ਯਾਨੀ ਆਪਣੇ ਗਲੇ ਨਾਲ ਲਾ ਲਿਆ। ਇਹ ਦੋ ਫੋਲਡ ਹੈਗੇ ਨੇ, ਇੱਕ ਹੈਗਾ ਸ਼ੈਤਾਨ ਦਾ ਜਿਹੜਾ ਹੈਗਾ ਪੈਸਾ, ਮਾਮੁਨ ਕਹਿੰਦੇ ਉਹਨੂੰ, ਇੱਕ ਹੈਗਾ ਅਕਾਲ ਪੁਰਖ ਦਾ ਫੋਲਡ। ਅਕਾਲ ਪੁਰਖ ਦਾ ਫੋਲਡ ਜਿਹੜਾ ਹੈਗਾ ਮਾਇਆ ਤੋਂ ਰਹਿਤ ਹੈਗਾ, ਮਾਇਆ ਕਾਲਖ ਹੈਗੀ, ਉਹ ਮਾਇਆ ਤੋਂ ਰਹਿਤ ਹੈਗਾ। ਜਿੱਦਾਂ ਸਾਧੂ ਹੁੰਦੇ ਨੇ ਉਹ ਨਿਰਮਲੇ ਸੰਤ ਹੈਗੇ, ਜਿੱਦਾਂ ਉਹ ਪੈਸੇ ਨੂੰ ਨਹੀਂ ਹੱਥ ਲਾਉਂਦੇ, ਉਸ ਫੋਲਡ 'ਚ ਹੈਗੇ ਨੇ ਉਹ ਅਕਾਲ ਪੁਰਖ ਦੇ। ਅਤੇ ਜੀਜੇ ਨੇ ਵੀ ਉਹੀ ਦੱਸਿਆ ਨਾ ਵੀ ਦੋ ਫੋਲਡ ਹੈਗੇ ਨੇ, ਵੀ ਇੱਕ ਹੈਗਾ ਮਾਇਆ ਦਾ, ਇੱਕ ਹੈਗਾ ਅਕਾਲ ਪੁਰਖ ਦਾ ਫੋਲਡ। ਉਹਦੇ 'ਚ ਸ਼ੈਫਰਡ ਜਿਹੜਾ ਹੈਗਾ ਉਹ ਕ੍ਰਾਈਸਟ ਜੀਜਸ ਹੈਗਾ, ਇਹਦੇ 'ਚ ਨਾਨਕ ਹੈਗਾ ਸ਼ੈਫਰਡ। ਕਰ ਕਿਰਪਾ ਪ੍ਰਭ ਆਪਣਾ ਕਰਿਆ, ਤੁਮੇ ਛੁਡਾਏ ਲਿਓ ਜਨ ਆਪਣਾ, ਤੁਸੀਂ ਜਿਹੜਾ ਤੇਰਾ ਜਨ ਹੈਗਾ, ਜਿਹੜਾ ਤੇਰਾ ਪੁੱਤਰ ਹੈਗਾ ਉਹਨੂੰ ਤੂੰ ਆਪੇ ਛਡਾ ਲੈਂਦਾ ਇਸ ਬਾਕੀ ਦੁਨੀਆਂ ਦੇ ਝਗੜਿਆਂ 'ਚੋਂ, ਉਹਨੂੰ ਬਾਹਰ ਕੱਢ ਲੈਂਦਾ, ਯਾਨੀ ਕਿ ਸਾਡੇ ਬੀਂਗ ਬੂੰਗ ਜਿਹੜੇ ਉਹਨਾਂ ਦੀ ਸਾਰੀ ਜਿਹੜੀ ਚਿੱਕੜ ਹੈਗਾ, ਉਹਦਾ ਮਾਇਆ ਦਾ ਚਿੱਕੜ, ਉਹ ਤੂੰ ਲਾ ਕੇ ਪਰੇ ਮਾਰਦਾ ਅਤੇ ਛਡਾ ਲੈਂਦਾ ਉਹਦੇ ਤੋਂ। ਉਰਜ ਪਰਜ ਜਾਲ ਜਗ ਸੁਪਨਾ, ਉਰਜ ਪਰਜ ਆਹ ਜਿਹੜੇ ਆਪਾਂ ਕਰਦੇ ਹਾਂ ਕੰਮ, ਇੱਧਰ ਗਿਆ ਉੱਧਰ ਗਿਆ ਬਾਲ ਬੱਚੇ, ਅਤੇ ਆਹ ਜਿਹੜੀ ਉਰਜ ਪੁਰਜ ਹੈਗਾ, ਅੱਛਾ ਇਹਦੇ 'ਚ ਕੀ ਲਿਖਦਾ ਹੈਗਾ ਉਹਦਾ ਟੀਕਾ ਸਾਹਿਬ ਸਿੰਘ ਦਾ, ਅਤੇ ਉਰਜ ਪੁਰਜ ਕਰਿਆ ਤੁਮੇ ਛਾ ਆਪ ਹੀ ਛੁਡਾਇਆ ਸੇਵਕ। ਉਰਜ ਹੈਗਾ ਉਰਜ ਪਰਿਓ, ਉਲਝ ਪਿਆ ਸੀ ਜਿਹੜਾ ਆਪਾਂ ਇਹਦੇ 'ਚ ਪੈ ਜਾਈਏ, ਉਲਝ ਜਾਈਦਾ ਨਾ ਆਪਣੇ ਦੁਨਿਆਵੀ ਕੰਮਾਂ 'ਚ। ਉਰਝ ਪਰਿਓ ਜਾਲ ਜਗ ਸੁਪਨਾ, ਇਹ ਹੈਗਾ ਸੁਪਨਾ ਹੈਗਾ ਇੱਕ ਕਿਸਮ ਦਾ। ਇਹ ਦੁਨੀਆਂ 'ਚ ਆਪਾਂ ਆਏ ਹੈਗੇ ਹਾਂ, ਕੋਈ 50 ਸਾਲ ਰਹਿੰਦਾ, ਕੋਈ 100 ਸਾਲ ਰਹਿੰਦਾ ਹੈਗਾ, ਫਿਰ ਚਲੇ ਜਾਈਦਾ ਹੈਗਾ। ਇਹ ਸੁਪਨਾ ਹੈਗਾ ਆਪਣੇ ਰਹਾਓ। ਪਰਬਤ ਦੁੱਖ ਮਹਾਂ ਵਿਕਰਾਲਾ, ਪਰਬਤ ਦੁੱਖਾਂ ਦਾ ਜਿਹੜਾ ਨਾ ਇਹ ਦੁਨੀਆਂ 'ਚ ਕਲਯੁੱਗ 'ਚ ਲੋਕ ਤੰਗ ਕਰਦੇ, ਜਿਹੜਾ ਕੁਛ ਹੈਗਾ ਨਾ ਆਪਣੇ ਸਾਫ ਦੇ ਲਾਜ਼ਮੀ ਹੈਗਾ, ਉਹਨੂੰ ਲੋਕ ਬੇਵਕੂਫ ਸਮਝਦੇ ਨੇ, ਉਹਨੂੰ ਲੁੱਟਦੇ ਨੇ, ਲੁੱਟ ਕੇ ਅਤੇ ਫਿਰ ਉਹਦੇ ਮੂੰਹ 'ਤੇ ਮਾਰਦੇ ਨੇ। ਕੋਈ ਆ ਗਿਆ।
Yeah, all right. Yeah, okay. I bring something. Okay, right, yeah. All right. Yeah, okay, fine. Sorry. Urj Paryo Jal Jag Supna is jada supna hai ga apne duniya cha hai apa eh jada jal hai eh asli nahi hai ga rahao parvat doh mahavikrala jada dohan da hai ga pahad hai ga oh bada drona hai ga khin mein dur kiye dyala apni mehr karke oh sare dur kar dete sanu ਵੀ ਬਣਾ ਤਾ ਸੁਰਬਰੂ ਕਰ ਦਿੱਤਾ ਤੇ ਸੋਗ ਰੋਗ ਬਿਪਤ ਅਤ ਭਾਰੀ ਸੋਗ ਰੋਗ ਜਿਹੜੇ ਕਹਿੰਦਾ ਉਦਾਸੀ ਹੋਣਾ ਕਦੀ ਆਦਮੀ ਖੁਸ਼ ਨਹੀਂ ਹੁੰਦਾ ਕੋਈ ਏਦਾਂ ਕੋਈ ਮਰ ਜਾਂਦਾ ਕੋਈ ਇਹ ਹੁੰਦਾ ਕੋਈ ਬਿਮਾਰ ਹੈਗਾ ਤੇ ਇਸ ਕਰਕੇ ਆਪਾਂ ਦੁਖੀ ਹੋਈਦਾ ਹੈਗਾ ਉਹ ਜਿਹੜੇ ਨੇ ਅਤ ਭਾਰੀ ਉਹ ਬਹੁਤ ਲੋਕਾਂ ਨੂੰ ਤੰਗ ਕਰਦੇ ਨੇ ਮਨ ਨੂੰ ਬੜਾ ਹੁੰਦਾ ਹੈਗਾ ਅਫਸੋਸ ਦੂਰ ਭੈ ਜਪ ਨਾਮ ਮੁਰਾਰੀ ਉਹ ਸਾਰੇ ਜਿਹੜੇ ਹੈਗੇ ਨੇ ਜਦੋਂ ਉਸਦੇ ਨਾਮ ਜਪਦੇ ਆ ਨਾ ਉਹ ਸਾਰੇ ਦੂਰ ਹੋ ਜਾਂਦੇ ਨੇ ਇਸ ਕਰਕੇ ਜਦੋਂ ਆਪਣੇ ਕੋਈ ਮਰਦਾ ਨਾ ਉਦੋਂ ਕਹਿੰਦਾ ਅਖੰਡ ਪਾਠ ਕਰਾ ਲਓ ਵੀ ਉਹਦੇ ਨਾਲ ਵੀ ਨਾਮ ਵੱਲ ਨੂੰ ਤੁਸੀਂ ਚੱਲੋ ਉੱਥੋਂ ਫਿਰ ਨਾਮ ਵੱਲ ਨੂੰ ਜਾ ਕੇ ਤਾਂ ਆਦਮੀ ਉਹ ਜਿਹੜਾ ਅਫਸੋਸ ਹੈਗਾ ਦੁੱਖ ਉਹ ਹਲਕਾ ਹੋ ਜਾਂਦਾ ਹੈਗਾ ਦੂਰ ਹੋ ਜਾਂਦਾ ਹੈਗਾ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਦ੍ਰਿਸ਼ਟ ਧਾਰੇ ਦ੍ਰਿਸ਼ਟ ਹੈਗਾ ਕਿਰਪਾ ਕਰਕੇ ਕਿਰਪਾ ਦੀ ਨਜ਼ਰ ਨਾਲ ਕਿਰਪਾ ਦੀ ਨਜ਼ਰ ਨਾਲ ਉਹ ਤੂੰ ਸਾਡੇ ਤੇ ਕੀ ਪਾਈ ਲੀਨੋ ਲੜ ਲਾਏ ਤੇ ਆਪਣੇ ਲੜ ਨਾਲ ਲਾ ਲਿਆ ਤੂੰ ਆਪਣੇ ਨਾਲ ਜੋੜ ਲਿਆ ਯਾਨੀ ਕਿ ਤੇਰੇ ਵਾਲੇ ਸੀ ਗੀਤ ਗਾਉਣ ਲੱਗ ਪਏ ਆਪਣੇ ਅਫਸੋਸ ਵਗੈਰਾ ਜਿਹੜਾ ਸੀਗਾ ਭੁੱਲ ਜਾਈਦਾ ਹੈਗਾ ਹਰ ਚਰਨ ਗਹੇ ਨਾਨਕ ਸਰਨ ਆਈ ਹਰ ਚਰਨ ਉਹਦੇ ਮੈਂ ਹਰ ਦੇ ਚਰਨ ਨੇ ਚ ਮੈਂ ਉਹੀ ਮੈਂ ਪਕੜ ਲੈ ਨਾਨਕ ਸਰਨ ਆਏ ਤੇ ਨਾਨਕ ਜਿਹੜਾ ਹੈਗਾ ਉਹ ਸਾਰਿਆਂ ਨਾਲ ਸਰਨ ਆਏਗਾ ਸਾਰਿਆਂ ਨਾਲ ਉੱਤਮ ਉਹਦੀ ਸ਼ਰਨ ਚ ਪੈ ਗਿਆ ਉਹਦੀ ਅਕਾਲ ਪੁਰਖ ਦੀ ਸ਼ਰਨ ਚ ਹੀ ਪੈ ਗਿਆ ਇਹ ਇਹਦੀ ਵਿਆਖਿਆ ਹੈਗੀ ਸੋਰੀ ਕੋਈ ਆ ਗਿਆ ਸੀਗਾ ਤਾਂ ਵਿੱਚ ਇੰਟਰਪ੍ਰੀਟੇਸ਼ਨ ਹੋਈ ਇੰਟਰਪਸ਼ਨ